ਹਾਂਜੀ ਪਿਆਰੇ ਵਿਦਿਆਰਥੀਓ, ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ। ਸੋ ਜੇ ਸਿਹਤ ਵਿਭਾਗ ਵਿੱਚ ਕੰਮ ਕਰਨ ਦੀ ਤੁਸੀਂ ਇੱਛੁਕ ਹੋ ਤਾਂ ਤੁਹਾਡੇ ਲਈ ਬਹੁਤ ਹੀ ਖੁਸ਼ਖਬਰੀ ਵਾਲਾ ਵੀਡੀਓ ਹੈ। ਨਵਾਂ ਨੋਟੀਫਿਕੇਸ਼ਨ ਪੰਜਾਬ ਸਿਹਤ ਵਿਭਾਗ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਜਾਰੀ ਹੋ ਚੁੱਕਿਆ ਹੈ। ਸਟਾਫ ਨਰਸ ਦੀਆਂ ਰੈਗੂਲਰ ਪੋਸਟਾਂ ਦੀ ਭਰਤੀ ਦੇ ਲਈ ਨੋਟੀਫਿਕੇਸ਼ਨ 4 ਜੁਲਾਈ 2024 ਨੂੰ ਆਇਆ ਹੈ। ਤਾਂ ਇਸ ਦੇ ਵਿੱਚ 120 ਪੋਸਟ ਜਿਹੜੀ ਹੈਗੀਆਂ ਨੇ ਉਹ ਸਟਾਫ ਨਰਸ ਦੀਆਂ ਕੱਢੀਆਂ ਗਈਆਂ ਨੇ। ਇਹਦੇ ਲਈ ਸਟੱਡੀ ਮਟੀਰੀਅਲ ਬਹੁਤ ਹੀ ਉੱਚ ਕੁਆਲਿਟੀ ਦਾ ਪੰਜਾਬੀ ਮਾਂ ਬੋਲੀ ਅਤੇ ਇੰਗਲਿਸ਼ ਵਿੱਚ ਪਰਚੇਸ ਕਰਨ ਦੇ ਲਈ ਤੁਸੀਂ 95-696-77-130 'ਤੇ ਸੰਪਰਕ ਕਰ ਸਕਦੇ ਹੋ ਅਤੇ ਕੋਚਿੰਗ ਦੇ ਲਈ ਵੀ ਮਿਲ ਸਕਦੇ ਹੋ। ਸੋ ਜੀ ਇਹਦੇ ਲਈ ਤੁਸੀਂ ਅਪਲਾਈ ਕਰਨਾ ਹੈ 6 ਜੁਲਾਈ 2024 ਤੋਂ 31 ਜੁਲਾਈ 2024 ਤੱਕ ਔਨਲਾਈਨ ਕਰਨਾ ਹੈ ਜੀ। 120 ਪੋਸਟਾਂ ਨੇ ਸਟਾਫ ਨਰਸ ਦੀਆਂ, ਠੀਕ ਹੈ ਜੀ। www.babafareeduniversityofhealthsciences.ac.in ਦੇ ਉੱਪਰ ਤੁਸੀਂ ਅਪਲਾਈ ਕਰਨਾ ਹੈ। ਸੋ ਕੈਟੇਗਰੀ ਵਾਈਜ਼ ਕਿੰਨੀਆਂ ਪੋਸਟਾਂ ਨੇ, ਕੀ ਕੀ ਮੰਗਿਆ ਗਿਆ ਹੈ, ਡਿਟੇਲਡ ਨੋਟੀਫਿਕੇਸ਼ਨ ਇਸ਼ੂ ਹੁੰਦੇ ਹੀ ਤੁਹਾਡੇ ਨਾਲ ਨਵਾਂ ਵੀਡੀਓ ਸਾਂਝਾ ਕੀਤਾ ਜਾਵੇਗਾ। ਤਦ ਤੱਕ ਚੈਨਲ ਦੇ ਨਾਲ ਜੁੜੇ ਰਹੋ, ਸਬਸਕ੍ਰਾਈਬ ਦਾ ਬਟਨ ਦਬਣਾ ਬਿਲਕੁਲ ਵੀ ਨਾ ਭੁੱਲੋ ਅਤੇ ਹਰੇਕ ਨਾਲ ਵੀਡੀਓ ਨੂੰ ਸ਼ੇਅਰ ਕਰੋ। ਉਮੀਦ ਕਰਦਾ ਜਾਣਕਾਰੀ ਚੰਗੀ ਲੱਗੇਗੀ। ਥੈਂਕ ਯੂ, ਥੈਂਕਸ ਫੋਰ ਵਾਚਿੰਗ।